अगर आपने हमारे चैनल को सब्सक्राइब नहीं किया है तो इसे सब्सक्राइब कर लें। पंजाब सरकार खेल विभाग की ओर से मिशन तंदुरुस्त पंजाब तहत जिला लेवल पर खेल प्रतियोगिता शुरू करवा दी गई है, जिसमें बठिंडा के कई स्कूलों के बच्चों ने भाग लिया, जिसकी शुरुआत आज बठिंडा के खेल स्टेडियम में डिप्टी कमिश्नर की ओर से शुरू करवाई गई, जिसमें फुटबॉल, वॉलीबॉल, कबड्डी, क्रिकेट जैसी खेलें करवाई जाएंगी। डिस्ट्रिक्ट बठिंडा ਦੇ ਵਿੱਚ ਇਧਰ ਉਹ ਡਿਸਟ੍ਰਿਕਟ ਲੈਵਲ ਗੇਮ ਅਸੀਂ ਸ਼ੁਰੂ ਕੀਤੀ ਜਾ ਰਹੇ ਇਧਰ। ਇਹ ਅਸੀਂ 3 ਸਟੇਜ ਵਿੱਚ ਕਰ ਰਹੇ ਇਧਰ। ਅੱਜ ਅੰਡਰ 14 ਕਾ ਅਸੀਂ ਸ਼ੁਰੂ ਕਰ ਰਹੇ ਇਧਰ। ਇਹ 200 ਲੈ ਕੇ 5 ਤੱਕ ਕੰਮ ਚੱਲੇਗਾ ਇਧਰ। ਉਸ ਤੋਂ ਬਾਅਦ ਇਧਰ ਉਹ ਅੰਡਰ 18 ਕਾ ਕੰਮ ਸ਼ੁਰੂ ਕਰ ਰਹੇ ਇਧਰ। ਉਹ 7th ਕੋ ਲੈ ਕੇ 9th ਤੱਕ ਚੱਲੇਗਾ ਇਧਰ। ਉਹ 15 ਅਗਸਤ ਕੋ ਬਾਅਦ ਇਧਰ ਅੰਡਰ 25 ਜੋ ਉਧਰ ਉਹ ਸਟੂਡੈਂਟ ਹੋਤਾ ਹੈ ਉਨਕੇ ਲਈ ਹਮ ਮੈਚ ਸ਼ੁਰੂ ਕਰ ਰਹੇ ਇਧਰ। ਇਹ ਵਕੋ ਕੇ ਮੈਚ ਇਧਰ ਉਹ ਐਥਲੈਟਿਕਸ ਕੋ ਲੈ ਕੇ ਇਧਰ ਉਹ ਵਾਲੀਬਾਲ, ਫੁੱਟਬਾਲ, ਕਬੱਡੀ ਸਭੀ ਮੈਚ ਅਸੀਂ ਕਰ ਰਹੇ ਇਧਰ। ਅੱਜ ਅੰਡਰ 14 ਮੇ ਇਧਰ ਉਹ ਮੈਕਸਿਮਮ 2000 ਬੱਚੇ ਇਧਰ ਅਭੀ ਤੱਕ ਰਜਿਸਟਰ ਹੋ ਚੁੱਕੇ ਇਧਰ। ਅਭੀ ਖੇਲਨੇ ਕੇ ਲਈ ਅਭੀ ਰੈਡੀ ਹੈ ਇਧਰ। ਅੰਡਰ 14 ਕਾ 18 ਕਾ ਵੀ ਅੰਡਰ 25 ਕਾ ਵੀ ਇਧਰ ਵਾਸੀ ਇਧਰ ਉਹ ਮੈਕਸਿਮਮ ਐਕਸਪੈਕਟ ਕਰ ਰਹੇ ਇਧਰ। ਉਹ ਕਾਫੀ ਲੋਕ ਆਏਂਗੇ ਇਧਰ ਉਹ ਖੇਲਨੇ ਕੇ ਲਈ ਇਧਰ। ਹਾਂਜੀ, ਇਹ ਜੋ ਮੈਚ ਇਧਰ ਅਸੀਂ ਕਰ ਰਹੇ ਇਸ ਕੇ ਲਈ ਇਧਰ ਉਹ ਖਾਣ ਕਾ ਪੀਣ ਕਾ ਸਭੀ ਇਧਰ ਅਸੀਂ ਇੰਤਜ਼ਾਮ ਕੀਤਾ ਉਧਰ। ਇਸ ਤੋਂ ਇਲਾਵਾ ਇਧਰ ਜੋ ਬੱਚੇ ਇਧਰ ਉਹ ਅੱਛਾ ਖੇਲ ਰਹੇ ਉਨਕੇ ਲਈ ਅਸੀਂ ਮੈਡਲ ਵੀ ਦੇਵਾਂਗੇ ਇਧਰ। ਵੱਧ ਤੋਂ ਵੱਧ ਖੇਡਾਂ 'ਚ ਬੱਚਿਆਂ ਨੂੰ ਪਾਰਟੀਸਪੇਟ ਕਰਨਾ ਚਾਹੀਦਾ, ਕਿਉਂਕਿ ਖੇਡਾਂ ਵਿੱਚ ਬੱਚੇ ਆਉਂਦੇ ਆ ਤਾਂ ਫਿਜ਼ੀਕਲੀ ਫਿੱਟ ਰਹਿੰਦੇ ਆ ਅਤੇ ਨਸ਼ਿਆਂ ਤੋਂ ਦੂਰ ਰਹਿੰਦੇ ਹੈਗੇ। ਇਹ ਉਪਰਾਲਾ ਸਰਕਾਰ ਨੂੰ ਕਰਦੇ ਰਹਿਣਾ ਚਾਹੀਦਾ। ਵਾਲੀਬਾਲ, ਹਾਕੀ, ਅਥਲੈਟਿਕਸ, ਤੈਰਾਕੀ, ਕਾਫੀ ਗੇਮਾਂ ਹਰੇਕ ਖੇਡ ਦਾ ਕਾਫੀ ਤਰੀਕੇ ਨਾਲ ਵਧੀਆ ਗਰਾਊਂਡ 'ਚ ਕਰਵਾ ਰਹੇ ਨੇ, ਅਤੇ ਜਿਸ ਵਜ੍ਹਾ ਨਾਲ ਬੱਚੇ ਵੀ ਬਹੁਤ ਬੱਚੇ ਪਾਰਟੀਸਪੇਟ ਕਰ ਰਹੇ ਨੇ। ਸਰਕਾਰ ਵੈਸੇ ਹਰ ਇੱਕ ਫੈਸਿਲਿਟੀ ਸਾਨੂੰ ਦੇ ਰਹੀ ਹੈਗੀ, ਵਧੀਆ ਗਰਾਊਂਡ ਦੇ ਰਹੀ ਹੈਗੀ, ਵਧੀਆ ਹਰ ਇੱਕ ਚੀਜ਼ ਬੱਚਿਆਂ ਨੂੰ ਦੇ ਰਹੀ ਹੈ ਵੀ ਗਰਾਊਂਡ ਦੇ ਵਿੱਚ ਫਿਟਨੈਸ ਕੋਚਿਸ ਵਗੈਰਾ ਸਾਰਾ ਕੁਝ ਮਿਲ ਰਿਹਾ। ਕੈਮਰਾਮੈਨ ਖਾਨ ਕੇ ਸਾਥ ਅਨਿਲ ਕੁਮਾਰ ਕੀ ਰਿਪੋਰਟ। ਅਗਰ ਆਪਨੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ।